Sri Nanak Pad Pankaj Bandhan Pad Pankaj Bandhan Simrao Angad Dukh Nikandan Amar Das Hirday Nit Tihavon Hirday Nit Tihavon Sri Guru Ram Das Gun Gavao Sri Arjan Bighanan Ke Nasak Bighanan Ke Nasak Har Gobind Sob Somati Parkasak Sri Har Rai Namo Kar Jori Namo Kar Jori Sri Har Krishna Manaye Bahori Guru Tegh Bahadur Param Kirpala Param Kirpala Sri Guru Gobind Singh Besala Taro Tara Par Pun Pun Sisa Pun Pun Sisa Bandau Bar Bar Jagdisa Jismah Amrit Gyan Hai Manak Bhagat Bairag Sri Guru Granth Sahib Udad Bandhav Kar Anurag Ekankara Satguru Jeh Prasad Sach Hoye Vaheguru Ji Ki Fateh Bighna Binasan Soye Vaheguru Ji Ki Fateh Bighna Binasan Soye Sri Nanak Purushottam Param Paravar Nath Yugal Charan Mam Bandana Tar Par Tar Kar Math Kaha Tuchh Prabh Buddh Hamari Varan Sakai Mahma Jyotihari Ham Na Sakte Kar Sifat Tumhari आप ले हो तुम कथा सुधारी हम ना सकत कार सिफत तुम्हारी आप ले हो तुम कथा सुधारी सतनाम श्री वाहिगुरु साहिब जी पहुंचे जब तलवंडी जाए लालू आला मिले आए कर बंधन पुन बचन उचारा सुन लालू एक पर उपकारा पहुंचे जब तलवंडी जाए वाहिगुरु जी का खालसा वाहिगुरु जी की फतेह परम सम्मान यो गुरु प्यारी गुरु स्वारी साध संग जियो पतित पावन भगत वशल करना निधान ज्योति स्वरूप तन तन श्री गुरु ग्रंथ साहिब जी महाराज श्री दसम गुरु ग्रंथ साहिब जी महाराज जी दे परम पवित्र हजूरी दे विच सज बैठी गुरु प्यारी साध संग जीओ आप जी दे अत्यंत ही वड्डे भाग हन संध्या वेले दे नितनेम श्री रहरा साहेब उपरंत आरती आरते दे कीर्तन आप जी ने सर्वन कीते हन सो गुरु साहेब जी दी चलदी हुई मर्यादा अनुसार शाम वक्त इतिहास की कथा सर्वन करन वास्ते आप जी एकत्र होए हो सतगुरु पातशाह जी ने कृपा कीती है जो श्री गुरु नानक प्रकाश ग्रंथ महाकवि भाई संतोख सिंह जी बड़े प्रेम श्रद्धा भावना दे नाल श्री गुरु नानक देव जी महाराज जी का जो इतिहास है पवित्र इतिहास श्रद्धा भावना दे नाल इस ग्रंथ विच अंकित किया है सो सतगुरु पातशाह जी ने कृपा की उस ग्रंथ का दूसरा अध्याय जो है श्री गुरु नानक प्रकाश ग्रंथ का
ਕੱਲ ਅਸੀਂ ਆਰੰਭ ਕੀਤਾ ਸੀ। ਸੰਕੇਤ ਮਾਤਰ ਪਿੱਛਾ ਜੋ ਪ੍ਰਸੰਗ ਆਇਆ ਹੈ ਸੰਖੇਪ ਰੂਪ ਦੇ ਵਿੱਚ ਵਰਣਨ ਕਰਦੇ ਹਾਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਵਿਖੇ ਬਿਰਾਜਮਾਨ ਹਨ। ਸ੍ਰੀ ਖਡੂਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਧਿਆਨ ਧਾਰਦੇ ਹੋਏ ਮਨ ਦੇ ਵਿੱਚ ਵਿਚਾਰ ਆਈ ਹੈ ਕਿ ਕਿਹੜਾ ਸਿੱਖ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਉਦਾਸੀਆਂ ਬਾਲਕ ਸਮੇਂ ਦੇ ਜਿਹੜੇ ਚੋਜ ਸਨ ਬਾਲ ਲੀਲਾ ਜੋ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਜਵਾਨੀ ਸਮੇਂ ਜੋ ਬਿਲਾਸ ਜੋ ਸਤਿਗੁਰੂ ਪਾਤਸ਼ਾਹ ਜੀ ਅਨੇਕ ਕੌਤਿਕ ਕੀਤੇ ਉਹ ਕਿਹੜਾ ਸਿੱਖ ਹੈਗਾ ਜੋ ਇਸ ਇਤਿਹਾਸ ਸਾਨੂੰ ਸੁਣਾ ਸਕਦਾ ਹੈ। ਅਤੇ ਇਸ ਸੰਕਲਪ ਦੇ ਨਾਲ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਨੂੰ ਹੁਣ ਪ੍ਰਗਟ ਕਰਨਾ ਹੈ ਅਤੇ ਉਸੀ ਵਕਤ ਤਲਵੰਡੀ ਵਿਖੇ ਰਾਏ ਭੋਈ ਦੀ ਤਲਵੰਡੀ ਵਿਖੇ ਜੋ ਭਾਈ ਬਾਲਾ ਜੀ ਹਨ ਉਹਨਾਂ ਦੇ ਮਨ ਵਿੱਚ ਵੀ ਵਿਚਾਰ ਆਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸੱਚਖੰਡ ਚੱਲ ਗਏ ਹਨ, ਹੁਣ ਉਹਨਾਂ ਦੇ ਥਾਂ 'ਤੇ ਉਹਨਾਂ ਦੇ ਗੱਦੀ 'ਤੇ ਕੌਣ ਬਿਰਾਜਮਾਨ ਹੈ। ਜਦੋਂ ਭਾਈ ਬਾਲਾ ਜੀ ਨੂੰ ਖਬਰ ਮਿਲਦੀ ਹੈ ਕਿ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਰੇ ਪਰਖਾਂ ਦੇ ਵਿੱਚ ਖਰੇ ਉਤਰ ਕੇ ਸਾਰੇ ਗੁਰਸਿੱਖਾਂ ਦੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਦੀ ਪਰਖ ਕੀਤੀ ਹੈ ਤਾਂ ਭਾਈ ਲਹਿਣਾ ਜੀ ਹੀ ਖਰੇ ਉਤਰੇ ਹਨ ਅਤੇ ਉਹਨਾਂ ਨੂੰ ਹੁਣ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਮਹਾਰਾਜ ਰੱਖਿਆ ਹੈ। ਜਦੋਂ ਭਾਈ ਬਾਲਾ ਜੀ ਨੂੰ ਇਹ ਖਬਰ ਪਹੁੰਚੀ ਹੈ ਉਸੀ ਵਕਤ ਦੌੜ ਕੇ ਤਲਵੰਡੀ ਤੋਂ ਖਡੂਰ ਸਾਹਿਬ ਪਹੁੰਚਦੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰੀ ਦੇ ਵਿੱਚ ਅਤੇ ਜੋ ਵਾਰਤਾਲਾਪ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਅਤੇ ਭਾਈ ਬਾਲਾ ਜੀ ਦੇ ਵਿਚਕਾਰ ਹੋਈ ਅਸੀਂ ਕੱਲ੍ਹ ਸਰਵਣ ਕੀਤਾ ਸੀ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੂੰ ਹੁਣ ਹੁਕਮ ਕੀਤਾ ਹੈ ਕਿ ਭਾਈ ਬਾਲਾ ਜੀ ਤੁਸੀਂ ਅਤੇ ਨਾਲ ਇੱਕ ਗੁਰਸਿੱਖ ਭਾਈ ਲਾਲਾ ਪੰਨੂ ਜੀ ਇਕੱਠੇ ਜਾ ਕੇ ਜਿਹੜਾ ਜਨਮ ਪੱਤਰੀ ਹੈ ਕਿਉਂਕਿ ਜਨਮ ਪੱਤਰੀ ਵਿੱਚ ਭਾਈ ਬਾਲਾ ਜੀ ਗੁਰੂ ਸਾਹਿਬ ਜੀ ਨੂੰ ਦੱਸਦੇ ਨੇ ਕਿ ਮਹਾਰਾਜ ਜੀ ਸਾਰਾ ਜੀਵਨ ਅਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਬਿਤਾਇਆ ਹੈ, ਚਾਰ ਉਦਾਸੀਆਂ ਵਕਤ ਅਸੀਂ ਨਾਲ ਰਹੇ ਹਾਂ, ਪਰ ਜੋ ਜਨਮ ਦੀ ਕਥਾ ਹੈ ਕਿਉਂਕਿ ਭਾਈ ਬਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਉਮਰ ਕਰਕੇ 3 ਸਾਲ ਵੱਡੇ ਸਨ ਅਤੇ ਬਾਲਕ ਅਵਸਥਾ ਵਿੱਚ ਬੱਚੇ ਨੂੰ ਕੋਈ ਸੋਝੀ ਨਹੀਂ ਹੁੰਦੀ ਕਿ ਕੀ ਹੋ ਰਿਹਾ ਹੈ। ਭਾਈ ਬਾਲਾ ਜੀ ਕਹਿੰਦੇ ਕਿ ਜਿਹੜਾ ਪ੍ਰਕਾਸ਼ ਦੀ ਕਥਾ ਮੈਂ ਅੱਖਾਂ ਦੇ ਨਾਲ ਮੈਂ ਨਹੀਂ ਦੇਖਿਆ, ਪਰ ਜੋ ਪੰਡਿਤ ਹਰਦਿਆਲ ਜੀ ਨੇ ਜਨਮ ਪੱਤਰੀ ਵਿੱਚ ਲਿਖਿਆ ਹੈ ਉਹ ਸਾਰਾ ਇਤਿਹਾਸ ਅਸੀਂ ਉਹ ਜਨਮ ਪੱਤਰੀ ਬਾਬਾ ਕਾਲੂ ਜੀ ਬਾਬਾ ਲਾਲੂ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਹਨ ਉਹਨਾਂ ਦੇ ਘਰ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸੋ ਉਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਅਤੇ ਭਾਈ ਲਾਲਾ ਪੰਨੂ ਜੀ ਜੋ ਬੜੇ ਅਨਿੰਨ ਗੁਰਸਿੱਖ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦੋਹਾਂ ਨੂੰ ਰਾਏ ਭੋਈ ਦੀ ਤਲਵੰਡੀ ਭੇਜਿਆ ਹੈ ਅਤੇ ਉੱਥੇ ਜਾ ਕੇ ਉਹ ਬਾਬਾ ਲਾਲੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਾਚਾ ਜੀ ਦੇ ਘਰ ਪਹੁੰਚਦੇ ਹਨ। ਸੋ ਅੱਗੇ ਜੋ ਭਾਈ ਲਾਲੂ ਜੀ ਅਤੇ ਭਾਈ ਬਾਲਾ ਜੀ ਦੇ ਵਿਚਕਾਰ ਜੋ ਕਨਵਰਸੇਸ਼ਨ ਹੁੰਦਾ ਹੈ ਉਹ ਅਸੀਂ ਅੱਜ ਸਰਵਨ ਕਰਾਂਗੇ। ਆਓ ਮਨ ਬਿਰਤੀ ਚਿੱਤ ਨੂੰ ਇਕਾਗਰ ਕਰੀਏ, ਸਰਵਨ ਕਰੀਏ ਜੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹੁੰਚੇ ਜਬ ਤਲਵੰਡੀ ਜਾਏ। ਸੋ ਦੋਵੇਂ ਭਾਈ ਲਾਲਾ ਪੰਨੂ ਜੀ ਅਤੇ ਭਾਈ ਬਾਲਾ ਜੀ ਮਾਰਗ 'ਤੇ ਚੱਲਦੇ ਨੇ, ਚੱਲਦੇ ਚੱਲਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਪਮਾ ਕਰਦੇ ਹੋਏ ਤਲਵੰਡੀ ਪਹੁੰਚ ਗਏ ਹਨ। ਲਾਲੂ ਆਲੇ ਮਿਲੇ ਆਏ। ਆਲੇ ਕਹਿੰਦੇ ਹੈ ਘਰ ਨੂੰ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਾਚਾ ਜੀ ਹਨ ਬਾਬਾ ਲਾਲੂ ਜੀ ਉਹਨਾਂ ਦੇ ਘਰ ਪਹੁੰਚ ਗਏ ਹਨ। ਘਰ ਬੰਧਨ ਪੁਨ ਬਚਨ ਉਚਾਰਾ। ਇੱਕ ਤਾਂ ਬਜ਼ੁਰਗ ਨੇ, ਦੂਸਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਚਾਚਾ ਜੀ ਹਨ ਭਾਈ ਬਾਲਾ ਜੀ ਭਾਈ ਲਾਲਾ ਪੰਨੂ ਜੀ ਨੇ ਨਮਸਕਾਰ ਕੀਤੀ ਹੈ, ਫਿਰ ਬਚਨ ਕਹੇ ਹਨ। ਸੁਣ ਲਾਲੂ ਇੱਕ ਪਰ ਉਪਕਾਰਾ। ਭਾਈ ਬਾਲਾ ਜੀ ਕਹਿੰਦੇ ਨੇ ਕਿ ਭਾਈ ਲਾਲੂ ਜੀ ਆਪ ਜੀ ਸਰਵਨ ਕਰੋ ਜੀ, ਇੱਕ ਪਰ ਉਪਕਾਰ ਦਾ ਕੰਮ ਹੈ। ਦੋਹਰਾ ਸੋਧਿਓ ਹਮ ਜੋ ਗੁਰ ਭਇਓ। ਹੇ ਭਾਈ ਬਾਲਾ ਜੀ, ਹੇ ਭਾਈ ਲਾਲੂ ਜੀ, ਜੋ ਅਸੀਂ ਗੁਰੂ ਲੱਭ ਰਹੇ ਸਾਂ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਨਾਂ ਨੂੰ ਗੁਰਤਾ ਗੱਦੀ 'ਤੇ ਬਿਠਾ ਗਏ ਹਾਂ, ਭਾਵ
ਸੋਧਿਓ ਹੈ ਖੋਜਿਓ ਕਿ ਜੋ ਅਸੀਂ ਗੁਰੂ ਲੱਭ ਰਹੇ ਸਾਂ ਉਹ ਗੁਰੂ ਸਾਨੂੰ ਮਿਲ ਗਿਆ ਹੈ। ਅੰਗਦ ਪਰਮ ਪਨਿਧਾਨ ਕਹਿ ਰਹੇ ਹਨ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਗਿਆਨ ਧਿਆਨ ਸੁੱਖਾ ਦੇ ਖਜ਼ਾਨੇ ਹਨ। ਸ੍ਰੀ ਨਾਨਕ ਪੁੰਨ ਤਿੰਨ ਬਿਖਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਿੱਚ ਭੇਦ ਨਾ ਕੋ ਜਾਣ ਕੋਈ ਭੇਦ ਨਹੀਂ ਜਾਣਨਾ ਉਹ ਇੱਕ ਹੀ ਸਰੂਪ ਹਨ। ਚੌਪਈ ਦੀਨੀ ਅੰਗਦ ਕੋ ਗੁਰ ਆਈ ਭਾਈ ਬਾਲਾ ਜੀ ਕਹਿੰਦੇ ਨੇ ਕਿ ਭਾਈ ਲਾਲੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਤਿੰਨ ਪੱਤਰੀ ਤੁਮ ਸੋ ਮੰਗਵਾਈ ਤੇ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦੂਸਰੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਸਾਨੂੰ ਇਸ ਕਾਰਨ ਕਰਕੇ ਭੇਜਿਆ ਹੈ ਕਿ ਜੋ ਜਨਮ ਪੱਤਰੀ ਹੈ ਜੋ ਆਪ ਜੀ ਦੇ ਪਾਸ ਹੈ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਮੰਗਵਾਉਣ ਵਾਸਤੇ ਸਾਨੂੰ ਦੋਹਾਂ ਨੂੰ ਭੇਜਿਆ ਹੈ। ਲਾਲਸ ਹੇਰਨ ਤਾਸ ਵਿਸਾਲਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਬਹੁਤ ਇੱਛਾ ਹੈ ਕਿ ਉਹ ਜੋ ਜਨਮ ਪੱਤਰੀ ਹੈ ਉਸਦੇ ਦਰਸ਼ਨ ਕਰੀਏ। ਸੁਣ ਕਰ ਸਿੱਖ ਪਠਿਓ ਤਤਕਾਲਾ ਜਦੋਂ ਸੁਣਿਆ ਕਿ ਉਹ ਜਿਹੜਾ ਜਨਮ ਪੱਤਰੀ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਾਚਾ ਜੀ ਦੇ ਘਰ ਦੇ ਵਿੱਚ ਹਜੇ ਵੀ ਸੁਸ਼ੋਭਿਤ ਹੈ ਉਸੇ ਵਕਤ ਛੇਤੀ ਹੀ ਗੁਰਸਿੱਖਾਂ ਨੂੰ ਭੇਜਿਆ ਹੈ ਉਹ ਜਨਮ ਪੱਤਰੀ ਨੂੰ ਪ੍ਰਾਪਤ ਕਰਨ ਵਾਸਤੇ। ਲਾਲੂ ਕਹੈ ਨਾ ਮੁਝ ਸੁਧ ਕੋ ਸੋ ਜਦੋਂ ਭਾਈ ਬਾਲਾ ਜੀ ਨੇ ਇਸ ਪ੍ਰਕਾਰ ਬਾਬਾ ਲਾਲੂ ਜੀ ਨੂੰ ਕਿਹਾ ਹੈ ਤੇ ਭਾਈ ਲਾਲੂ ਜੀ ਨੇ ਉਸੇ ਵਕਤ ਕਿਹਾ ਕਿ ਮੈਨੂੰ ਕੋਈ ਖਬਰ ਨਹੀਂ ਹੈ ਕਿ ਦਾ ਜਨਮ ਪੱਤਰੀ ਆਈ ਡੋਂਟ ਨੋ ਵੇਅਰ ਇਟ ਇਜ਼। ਭਾਈ ਲਾਲੂ ਜੀ ਕਹਿੰਦੇ ਕਿ ਮੈਨੂੰ ਨਹੀਂ ਪਤਾ ਹੈ। ਭਾਵ ਪੱਤਰੀ ਤੁਮ ਜਾਚਤ ਜੋ ਕਹਿੰਦੇ ਜਿਹੜੀ ਤੁਸੀਂ ਭਾਵ ਪੱਤਰੀ ਨੂੰ ਮੰਗਦੇ ਹੋ ਦਾ ਭਾਵ ਪੱਤਰੀ ਭਾਵ ਦਾ ਭਾਵ ਜਨਮ ਜੋ ਜਨਮ ਪੱਤਰੀ ਹੈ ਦਾ ਹੋਰੋਸਕੋਪ ਜਿਹਦੇ ਵਿੱਚ ਹੈਜ਼ ਮੈਨੀ ਡੀਟੇਲਸ ਆਫ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਕਾਸ਼ ਕਿ ਉਹ ਜਿਹੜਾ ਭਾਵ ਪੱਤਰੀ ਹੈ ਜਿਹੜੀ ਤੁਸੀਂ ਮੰਗਦੇ ਹੈ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਰੱਖੀ ਹੋਈ ਹੈ। ਨਾਨਕ ਕੇ ਤੁਮ ਬਹੁਤ ਪਿਆਰੇ ਅਤੇ ਬਾਬਾ ਲਾਲੂ ਜੀ ਕਹਿੰਦੇ ਨੇ ਭਾਈ ਬਾਲਾ ਜੀ ਤੁਸੀਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਤਿਅੰਤ ਹੀ ਪਿਆਰੇ ਹਨ। ਹਮ ਸੋ ਕਹੋ ਸਭ ਭੇਦ ਵਿਚਾਰੇ ਸਾਰਾ ਭੇਦ ਵਿਚਾਰ ਖੋਲ੍ਹ ਕੇ ਦੱਸੋ। ਸੋ ਬਾਬਾ ਲਾਲੂ ਜੀ ਹੁਣ ਭਾਈ ਬਾਲਾ ਜੀ ਤੋਂ ਪੁੱਛਣਾ ਹੈ ਕਿਉਂਕਿ ਭਾਈ ਬਾਲਾ ਜੀ ਤਾਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਜੋ ਬਾਬਾ ਲਾਲੂ ਜੀ ਹਨ ਉਹ ਐਕਸਟਰਾ ਕਲੈਰੀਫਿਕੇਸ਼ਨ ਮੰਗਦੇ ਹਨ ਅੱਗੇ ਜਾ ਕੇ ਦੱਸਦੇ ਹਨ। ਗੁਰ ਅੰਗਦ ਹੈ ਕੈ ਸ੍ਰੀ ਚੰਦ ਪੂਰੀ ਗੱਲ ਖੋਲ੍ਹ ਕੇ ਦੱਸੋ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਹਨ ਕਿ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਹਨ ਜਾਂ ਬਾਬਾ ਸ੍ਰੀ ਚੰਦ ਜੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਹਨ ਕਿ ਕਿਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਗਈ ਹੈ। ਮੰਜੀ ਕਹੇ ਢਿੱਗ ਆਨੰਦ ਕੰਦ ਕਿ ਆਨੰਦ ਕੰਦ ਸੁੱਖਾਂ ਦੇ ਬੱਦਲ ਆਨੰਦ ਦੇ ਬੱਦਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਜੋ ਮੰਜੀ ਹੈ ਉਹਨਾਂ ਦੀ ਜੋ ਗਰਗੱਦੀ ਹੈ ਉਹ ਕਿੰਨਾ ਪਾਸ ਹੈ। ਸੁਤਨੇ ਲਈ ਕੇ ਸੇਵਕ ਪਾਈ ਜੋ ਸੰਸਾਰ ਦੀ ਰੀਤੀ ਹੈ ਕਿ ਪੁੱਤਰ ਨੂੰ ਮਿਲਦੀ ਹੈ। ਸੋ ਇੱਥੇ ਬਾਬਾ ਲਾਲੂ ਜੀ ਪੁੱਛਦੇ ਨੇ ਕਿ ਸੁਤਨੇ ਲਈ ਪੁੱਤਰ ਨੂੰ ਮਿਲੀ ਹੈ ਹੈਜ਼ ਦਾ ਸਨ ਰਿਸੀਵਡ ਦ ਗੁਰਤਾ ਗੱਦੀ ਜਾਂ ਸੇਵਕ ਪਾਈ ਜਾਂ ਸੇਵਕ ਨੇ ਭਾਵ ਭਾਈ ਲਹਿਣਾ ਜੀ ਉਹਨਾਂ ਨੂੰ ਇਹ ਵਡਿਆਈ ਮਿਲੀ ਹੈ। ਤਖ਼ਤ ਬੈਸ ਕਿਸ ਗੁਰਤਾ ਆਈ ਕਿਹਨਾਂ ਨੇ ਤਖ਼ਤ ਦੇ ਉੱਤੇ ਬੈਠ ਕੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਦੋਹਰਾ ਕਹਿ ਬਾਲਾ ਅੰਗਦ ਗੁਰੂ ਜਿਹ ਸ੍ਰੀ ਨਾਨਕ ਆਪ ਉਸ ਵਕਤ ਭਾਈ ਬਾਲਾ ਜੀ ਕਹਿੰਦੇ ਨੇ ਬਾਬਾ ਲਾਲੂ ਜੀ ਤੁਸੀਂ ਆਪਣੇ ਮਨ ਵਿੱਚ ਸੰਸਾਨਾ ਕਰੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੀ ਗੁਰੂ ਹਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੀ ਰੂਪ ਹਨ। ਪੈਸੇ ਪੰਚਨ ਲੇਰ ਧਰ ਸਿਰ ਨਿਵਾਏ ਦੀ ਅਥਾਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪ ਭਾਈ ਲਹਿਣਾ ਜੀ ਦੇ ਸਾਹਮਣੇ ਪੰਜ ਪੈਸੇ ਨਰੇਰ ਭਾਵ ਨਾਰੀਅਲ ਧਾਰ ਕੇ ਸਿਰ ਨਿਵਾਏ ਦੀ ਥਾਪ ਆਪ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੇ ਸਾਹਮਣੇ ਸੀਸ ਨਿਵਾ ਕੇ ਉਹਨਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਬਣਾਇਆ। ਸੋ ਪੰਜ ਪੈਸੇ ਦਾ ਭਾਵ ਕਿਉਂਕਿ ਇਹ ਜੋ ਗੁਰਤਾ ਗੱਦੀ ਦੀ ਸਮੱਗਰੀ ਹੈ ਕਿ ਜਦੋਂ ਗੁਰਤਾ ਗੱਦੀ ਦਿੱਤੀ ਜਾਂਦੀ ਸੀ ਤਾਂ ਖਾਸ ਕਰਕੇ ਪੰਜ ਪੈਸੇ ਨਾਰੀਅਲ ਇਹ ਜ਼ਰੂਰੀ ਸਮੱਗਰੀ ਉਸ ਵਕਤ ਦਿੱਤੀ ਜਾਂਦੀ ਸੀ ਅਤੇ ਮਹਾਂਪੁਰਸ਼ ਸਮਝਾਉਂਦੇ ਨੇ ਕਿ ਪੰਜ ਪੈਸੇ ਦਾ ਭਾਵ ਹੈ ਕਿ ਸਾਰੀ ਜੋ ਮਾਇਆ ਹੈ ਹੁਣ ਤੇਰੀ ਹੈ ਜੋ ਸਾਰੀ ਮਾਇਆ ਹੈ ਉਹ ਤੇਰੀ ਦਾਸੀ ਹੈ
ਕਿਉਂਕਿ ਉਹ ਜੋ ਮਾਇਆ ਹੈ ਉਸ ਵਕਤ 5 ਪੈਸੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਭਾਈ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਨਮੁੱਖ ਉਹ ਜਿਹੜਾ ਮਾਇਆ ਹੈ 5 ਪੈਸੇ ਰੱਖੇ ਨੇ, ਉਹਦਾ ਭਾਵ ਹੈ ਕਿ ਜਿੰਨੀ ਵੀ ਮਾਇਆ ਹੈ ਤਮਾਮ ਮਾਇਆ ਉਹ ਹੁਣ ਤੇਰੀ ਦਾਸੀ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਰਮੇਸ਼ਰ ਹਨ ਅਤੇ ਉਹੀ ਜੋਤ ਫਿਰ ਹੁਣ ਭਾਈ ਲਹਿਣਾ ਜੀ ਵਿੱਚ ਸਥਾਪਿਤ ਹੋਣੀ ਹੈ। ਸੋ ਉਹ ਜਿਹੜੇ 5 ਪੈਸੇ ਨੇ ਦੇ ਸਿਗਨੀਫਾਈ ਤਾਂ ਓਲ ਆਫ ਮਾਇਆ ਇਜ਼ ਨਾਓ ਯੋ 7। ਅਤੇ ਜੋ ਨਰੇਲ ਹੈ ਇਹ ਸੀਸ ਦਾ ਸਿੰਬਲ ਹੈਗਾ ਕਿ ਜਿੰਨੇ ਵੀ ਸੀਸ ਹਨ, ਜਿੰਨੇ ਵੀ ਸਿਰਾਂ ਵਾਲੇ ਹਨ, ਭਾਵੇਂ ਦੇਵ ਹੋਣ, ਦਾਨਵ ਹੋਣ, ਮਨੁੱਖ ਹੋਣ, ਸੁਰ ਹੋਣ, ਕੋਈ ਵੀ ਹੋਣ, ਹੁਣ ਸਾਰੇ ਆਪ ਜੀ ਦੇ ਅਧੀਨ ਹਨ। ਆਪ ਜੀ ਹੁਣ ਅਕਾਲ ਪੁਰਖ ਦੇ ਰੂਪ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਇਓ ਤਤ ਸੋ ਤਤ ਮਿਲਾਇਓ। ਸੋ ਉਹ ਜਿਹੜੇ 5 ਪੈਸੇ ਅਤੇ ਨਾਰੀਅਲ ਹਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਰੱਖ ਕੇ ਆਪ ਸੀਸ ਨਿਭਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਭਾਈ ਬਾਲਾ ਜੀ ਕਹਿੰਦੇ ਨੇ ਆਪ ਜੀ ਸੰਸਾ ਨਾ ਕਰੋ, ਆਪ ਜੀ ਸੰਸਾ ਕਿਉਂ ਨਾ ਕਰੋ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਇਹ ਗੁਰਤਾ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ। ਚੌਪਈ ਤਿਨ ਕੀ ਸਮਤਾ ਹੋ ਵਹ ਕੈਸੀ, ਉਹਨਾਂ ਦੀ ਕਿਵੇਂ ਬਰਾਬਰੀ ਹੋ ਸਕਦੀ ਹੈ। ਥਾਪਿਓ ਗੁਰੂ ਨਾਨਕ ਜਬ ਐਸੀ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਥਾਪਿਆ ਹੈ, ਆਪ ਗੁਰਤਾ ਗੱਦੀ ਬਖਸ਼ੀ ਹੈ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਕਿਹੜੀ ਬਰਾਬਰੀ ਹੋ ਸਕਦੀ ਹੈ। ਖੋਜ ਲਿਓ ਹਮ ਗੁਰ ਮਤ ਧੀਰਾ, ਧੀਰ ਜਵਾਨ ਗੁਰੂ ਸਾਨੂੰ ਮਿਲ ਗਿਆ ਹੈ। ਭਾਈ ਬਾਲਾ ਜੀ ਕਹਿ ਰਹੇ ਹਨ ਜਿਉਂ ਖਨਵਾਰੀ ਪਾਵਹ ਹੀਰਾ, ਜਿਹੜਾ ਖੋਜਕਾਰ ਹੈਗਾ ਆ ਦ ਪਰਸਨ ਹੂ ਗੋਜ਼ ਟੂ ਫਾਈਂਡ ਡਾਇਮੰਡਸ, ਜਿਵੇਂ ਉਹਨੂੰ ਹੀਰਾ ਲੱਭ ਜਾਂਦਾ ਹੋਵੇ ਸਾਨੂੰ ਉਹ ਗੁਰੂ ਮਿਲ ਗਿਆ ਹੈ ਪੂਰਾ। ਸ੍ਰੀ ਚੰਦ ਗੁਰ ਸੰਤ ਤੇ ਜਾਣੇ, ਸਾਰੇ ਮੰਨਦੇ ਹਨ ਕਿ ਜੋ ਬਾਬਾ ਸ੍ਰੀ ਚੰਦ ਹਨ ਉਹ ਸਤਿਕਾਰ ਜੋ ਗੁਰਾਂ ਦੇ ਪੁੱਤਰ ਹਨ। ਮਨ ਹੈ ਮਾਨਵ ਮਨ ਅਨੁਮਾਨੇ, ਸਾਰੇ ਮਨੁੱਖ ਆਪਣੇ ਮਨ ਦੇ ਵਿੱਚ ਅਨੁਮਾਨ ਕਰਦੇ ਹਨ ਕਿ ਹਾਂ ਬਾਬਾ ਸ੍ਰੀ ਚੰਦ ਜੀ ਵੀ ਸਤਿਕਾਰਯੋਗ ਹਨ, ਸਤਿਗੁਰੂ ਪਾਤਸ਼ਾਹ ਜੀ ਦੇ ਪੁੱਤਰ ਹਨ। ਗੁਰ ਅੰਗਦ ਕੋ ਗੁਰਤਾ ਦਈ, ਇਹਦੇ ਵਿੱਚ ਕੋਈ ਸੰਸਾ ਨਹੀਂ ਹੈ ਕਿ ਜੋ ਗੁਰਤਾ ਗੱਦੀ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਿਲੀ ਹੈ। ਕਿਦਾਂ ਦੁੱਤੀ ਨਾਨਕ ਪ੍ਰਗਟਾਈ, ਭਾਈ ਬਾਲਾ ਜੀ ਕਹਿੰਦੇ ਨੇ ਮਾਨੋ ਕਿ ਦੋਵੇਂ ਦੂਸਰੇ ਗੁਰੂ ਨਾਨਕ ਸਾਹਿਬ ਦੇ ਸਰੂਪ ਪ੍ਰਗਟ ਹੋਏ ਹਨ। ਸੁਣ ਕਰ ਲਾਲੂ ਗਿਰਾ ਅਲਾਈ, ਜਦੋਂ ਬਾਬਾ ਲਾਲੂ ਜੀ ਨੇ ਸੁਣਿਆ ਉਹਨਾਂ ਨੇ ਵਚਨ ਕੀਤੇ ਹਨ। ਖੋਜਿਓ ਜੇ ਪੱਤਰੀ ਹੋਏ ਭਾਈ, ਭਾਈ ਬਾਲਾ ਜੀ ਜੇ ਤੁਹਾਡੇ ਕੋਲੋਂ ਖੋਜ ਹੁੰਦਾ ਹੈ ਫੀ ਖਨਫਾਈਨ ਦਾ ਜਨਮ ਪੱਤਰੀ, ਤੁਸੀਂ ਜਾ ਕੇ ਖੋਜ ਕਰ ਲਓ। ਕਾਗਰ ਲੇਖੇ ਕੇ ਇੱਕ ਥਾਈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਤਾ ਜੀ ਬਾਬਾ ਕਾਲੂ ਜੀ, ਬਾਬਾ ਮਹਿਤਾ ਕਲਿਆਣ ਚੰਦ ਜੀ, ਉਹ ਪਟਵਾਰੀ ਸਨ ਅਤੇ ਉਹਨਾਂ ਦੇ ਘਰ ਦੇ ਵਿੱਚ ਕਈ ਜੋ ਵਹੀਆਂ ਹੁੰਦੀਆਂ ਸਨ, ਅਕਾਊਂਟ ਬੁੱਕ ਹੁੰਦੇ ਸਨ, ਉਹਨਾਂ ਦੇ ਕਈ ਢੇਰ ਲੱਗੇ ਹੋਏ ਸੀ। ਅਤੇ ਬਾਬਾ ਲਾਲੂ ਜੀ ਕਹਿੰਦੇ ਨੇ ਕਾਗਰ ਲੇਖੇ ਕੇ, ਜਿਹੜੇ ਲੇਖੇ ਦੇ ਭਾਵ ਅਕਾਊਂਟਸ ਦੇ ਜੋ ਕਾਗਰ ਕਾਗਜ਼ ਹੈਗੇ ਆ, ਫੇਪਰਜ਼ ਹੈਗੇ ਆ, ਉਹਨਾਂ ਦੇ ਵੱਡੇ ਵੱਡੇ ਜਿਹੜੇ ਢੇਰ ਹਨ ਇੱਕ ਥਾਂ ਦੇ ਵਿੱਚ ਪਏ ਹੋਏ ਹਨ ਘਰ ਦੇ ਵਿੱਚ। ਬਹੁ ਮਹਿ ਮਿਲੀ ਨਾ ਜਾਣੀ ਜਾਈ, ਉਹਨਾਂ ਵਿੱਚ ਸ਼ਾਇਦ ਉਹ ਜਿਹੜਾ ਜਨਮ ਪੱਤਰੀ ਉਹਨਾਂ ਵਿੱਚ ਮਿਲਿਆ ਹੋਵੇਗਾ, ਸਾਨੂੰ ਪਤਾ ਨਹੀਂ ਹੈ ਪੱਕਾ। ਦੋਹਰਾ ਕਹਿ ਬਾਲਾ ਲਾਲੂ ਸੁਣੋ, ਕਹਿ ਬਾਲਾ ਲਾਲੂ ਸੁਣੋ, ਉਸ ਵਕਤ ਭਾਈ ਬਾਲਾ ਜੀ ਕਹਿੰਦੇ ਹੈ ਭਾਈ ਲਾਲੂ ਜੀ ਆਪ ਜੀ ਸੁਣਨਾ ਕਰੋ। ਤੂੰ ਕਾਲ ਕੋ ਪ੍ਰਹਾਤ ਕਾਲੂ ਕੋ ਪ੍ਰਹਾਤ, ਹੇ ਭਾਈ ਲਾਲੂ ਜੀ ਆਪ ਜੀ ਬਾਬਾ ਕਾਲੂ ਜੀ ਦੇ ਭਰਾ ਹੋ। ਜਾਨਨ ਜਨਕ ਨਾਨਕ ਨਹਿਨ, ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਨ ਭਾਵ ਜਨਨੀ ਜੋ ਮਾਤਾ ਹੈ ਅਤੇ ਜਨਕ ਜੋ ਪਿਤਾ ਹਨ, ਦੋਵੇਂ ਹੀ ਗੁਜਰ ਗਏ ਭਾਵ ਸੱਚਖੰਡ ਨੂੰ ਪਿਆਨਾ ਕਰ ਗਏ ਹਨ। ਤੁਮ ਤੇ ਅਬਹ ਅਗਾਤ, ਉਹ ਜੋ ਜਨਮ ਪੱਤਰੀ ਉਹ ਤਾਂ ਸਿਰਫ ਆਪ ਜੀ ਪਾਸੋਂ ਹੀ ਲੱਭ ਹੋਵੇਗੀ। ਚੌਪਈ ਤੁਮ ਬਿਨ ਕੌਣ ਕਰੇ ਹਮ ਕਾਮਾ, ਭਾਈ ਬਾਲਾ ਜੀ ਕਹਿੰਦੇ ਬਾਬਾ ਲਾਲੂ ਜੀ ਆਪ ਜੀ ਤੋਂ ਬਗੈਰ ਇਹ ਕਿਹੜਾ ਕੰਮ ਕਰ ਸਕਦਾ ਹੈ। ਭਾਵ ਪੱਤਰੀ ਉੱਠ ਖੋਜਹੁ ਧਾਮਾ, ਉੱਠੋ ਭਾਈ ਲਾਲੂ ਜੀ ਘਰ ਜਾ ਕੇ ਉਹ ਜਨਮ ਪੱਤਰੀ ਨੂੰ ਲੱਭੋ ਜਾ ਕੇ। ਬਾਲੇ ਕੀ ਸੁਣ ਗਿਰਾ ਰਸਾਲੂ, ਜਦੋਂ ਮਿੱਠੀ ਤੇ ਸੁੰਦਰ ਬੋਲੀ ਬਾਬਾ ਭਾਈ ਬਾਲਾ ਜੀ ਦੀ ਸੁਣੀ ਬਾਬਾ ਲਾਲੂ ਜੀ ਨੇ। ਕਾਗਰ ਗ੍ਰਹਿ ਖੋਜਤ ਭਾ ਲਾਲੂ, ਭਾਈ ਲਾਲੂ ਜੀ ਉਸੀ ਵਜ ਘਰ ਜਾ ਕੇ ਜਿਹੜੇ ਕਾਗਜ਼ ਹੈਗੇ ਆ ਦ ਫਾਈਜ਼ ਔਫ ਫੇਫਾ, ਉਹਨਾਂ ਨੂੰ ਜਾ ਕੇ ਹੁਣ ਖੋਜਣ ਲੱਗ ਪਿਆ। ਦਿਸ ਟਾਇ ਠਿਸੈਚ ਠਿਸੀ,
if that Janam Patri is there. Hanji. Khojat Patri jab hi. So khojde, o jadi Patri hai, jado labbi hai. Divas panjave paai tab hi. Mahakavi Bhai Santokh Singh ji dasde ne ke 5 din lagge, 5 days. 5 dina vaaste khojde rahe. Te 5 dina to baad, inne kaagja de dher pae si. ਕਿ 5 ਦਿਨਾਂ ਤੋਂ ਬਾਅਦ ਜਾ ਕੇ ਬਾਬਾ ਲਾਲੂ ਜੀ ਨੂੰ ਉਹ ਜਿਹੜੀ ਜਨਮ ਪੱਤਰੀ ਹੈ ਉਹਨਾਂ ਦੇ ਹੱਥ ਲੱਗੀ ਹੈ ਦੀਨੀ ਲਾਲੂ ਨਾ ਕਰ ਬਾਲਾ ਉਹ ਜਨਮ ਪੱਤਰੀ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹ ਫਿਰ ਬਾਬਾ ਲਾਲੂ ਜੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਾਚਾ ਜੀ ਹਨ ਉਹ ਜਿਹੜਾ ਜਨਮ ਪੱਤਰੀ ਹੈ ਉਹ ਭਾਈ ਬਾਲਾ ਜੀ ਦੇ ਹੱਥਾਂ ਦੇ ਵਿੱਚ ਰੱਖ ਦਿੱਤੀ ਹੈ ਤਾਹੇ ਦਈ ਕਰ ਪੰਨੂ ਲਾਲਾ ਭਾਈ ਬਾਲਾ ਜੀ ਨੇ ਫਿਰ ਭਾਈ ਲਾਲਾ ਪੰਨੂ ਜੀ ਨੂੰ ਜੋ ਗੁਰਸਿੱਖ ਸਨ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਬਾਲਾ ਜੀ ਦੇ ਨਾਲ ਭੇਜਿਆ ਸੀ ਉਹਨਾਂ ਦੇ ਹੱਥ ਦੇ ਦਿੱਤੀ ਹੈ ਲੇ ਪੰਨੂ ਪੁਨ ਬਚਨ ਉਚਾਰੇ ਜਦੋਂ ਭਾਈ ਪੰਨੂ ਜੀ ਭਾਈ ਲਾਲਾ ਪੰਨੂ ਜੀ ਨੇ ਆਪਣੇ ਹੱਥਾਂ ਵਿੱਚ ਲਈ ਹੈ ਉਸੀ ਵਕਤ ਉਹਨਾਂ ਨੇ ਬਚਨ ਕੀਤੇ ਹਨ ਬਾਲੇ ਚਲੀਏ ਸੰਗ ਹਮਾਰੇ ਤੇ ਭਾਈ ਬਾਲਾ ਜੀ ਇਹ ਨਾ ਸਮਝੋ ਕਿ ਜਨਮ ਪੱਤਰੀ ਦੇ ਕੇ ਮੈਂ ਆਪੇ ਹੀ ਚੱਲ ਜੂਗਾ ਕਿ ਤੁਸੀਂ ਵੀ ਸਾਡੇ ਨਾਲ ਜਾਓ ਹੇ ਰਹਿ ਗੁਰ ਔਰ ਹਰਖ ਅਪਾਰਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇਖਣਗੇ ਇਸ ਜਨਮ ਪੱਤਰੀ ਦੇ ਦਰਸ਼ਨ ਕਰਨਗੇ ਤੇ ਬੜੇ ਖੁਸ਼ ਹੋਣਗੇ ਪ੍ਰਸੰਨ ਹੋਣਗੇ ਪਰਮ ਪ੍ਰਸਿੱਧ ਹੈ ਪਰ ਉਪਕਾਰਾ ਇਹ ਜਿਹੜਾ ਬੜਾ ਹੀ ਪਰਉਪਕਾਰ ਦਾ ਕੰਮ ਕਰਕੇ ਆਏ ਹਨ ਭਾਈ ਬਾਲਾ ਜੀ ਦੇ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਹੈ ਉਸ ਹੁਕਮ ਦੀ ਪਾਲਣਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਣਗੇ ਉਸ ਵਕਤ ਸੁਨ ਸ਼੍ਰੋਣਨ ਮਨ ਮਹਿ ਅਨੁਮਾਨੀ ਜਦੋਂ ਭਾਈ ਬਾਲਾ ਜੀ ਨੇ ਆਪਣੇ ਕੰਨਾਂ ਵਿੱਚ ਸੁਣਿਆ ਹੈ ਤੇ ਉਹਨਾਂ ਨੇ ਇੱਕ ਵਿਚਾਰ ਕੀਤੀ ਹੈ ਬਾਣੀ ਭਨਤ ਸੁਖਨ ਮਮ ਸਾਨੀ ਕਹਿੰਦੇ ਹੇ ਭਾਈ ਲਾਲਾ ਪੰਨੂ ਜੀ ਇਹ ਜੋ ਤੁਸੀਂ ਬਾਣੀ ਪੰਨੀ ਹੈ ਦੀਜ਼ ਵਰਡਜ਼ ਦਾ ਯੂ ਹੈਵ ਸੈਡ ਇਹ ਸੁਖਨ ਮਮ ਸਾਨੀ ਇਹ ਮੇਰੇ ਸੁੱਖਾਂ ਦੇ ਨਾਲ ਮਿਲੀ ਹੋਈ ਹੈ ਗਵਨੇ ਜੁਗਲ ਸਾਂਗ ਮਗ ਮਾਹੀ ਜੁਗਨ ਦਾ ਭਾਵ ਦੋਵੇਂ ਭਾਈ ਬਾਲਾ ਜੀ ਅਤੇ ਭਾਈ ਲਾਲੂ ਪੰਨੂ ਜੀ ਦੋਵੇਂ ਹੀ ਹੁਣ ਮਾਰਗ ਦੇ ਉੱਤੇ ਰਾਇ ਭੋਏ ਦੀ ਤਲਵੰਡੀ ਤੋਂ ਖਡੂਰ ਸਾਹਿਬ ਤੱਕ ਜਿਹੜਾ ਮਾਰਗ ਹੈ ਉਹ 'ਤੇ ਹੁਣ ਚੱਲ ਪਏ ਹਨ ਬਾਲਾ ਪੁੰਨ ਪੰਨੂ ਦਿਸ ਤਾਂ ਹੀ ਖਡੂਰ ਸਾਹਿਬ ਦੀ ਤਰਫ ਉਹ ਤਿਆਰ ਹੋ ਗਏ ਤਿਆਰ ਪਰ ਤਿਆਰ ਹੋ ਗਏ ਹੁਣ ਅਸੀਂ ਦੋਵੇਂ ਜਾ ਕੇ ਜੋ ਜਨਮ ਪੱਤਰੀ ਆ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਭੇਟਾ ਕਰਾਂਗੇ ਦੋਹਰਾ ਲਾਲੂ ਚਲਤਿਓ ਮਿਲ ਤਬ ਪੈਸੇ ਪੰਜ ਨਲੇ ਨਰੇਲ ਜਦੋਂ ਭਾਈ ਬਾਲਾ ਜੀ ਜਾ ਰਹੇ ਸਨ ਤਾਂ ਉਸੀ ਵਕਤ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਾਚਾ ਜੀ ਹਨ ਉਹਨਾਂ ਨੇ 5 ਪੈਸੇ ਤੇ ਨਾਰੀਅਲ ਲੈ ਕੇ ਆਪਣੀ ਦਿਸ਼ ਤੇ ਭੇਟ ਦੀ ਬੋਲਿਓ ਮੁਖ ਤੇ ਫੇਰ ਆਪਣੇ ਤਰਫੋਂ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਚਾਚਾ ਜੀ ਸਨ ਸੋ ਆਪਣੇ ਘਰ ਦੇ ਤਰਫੋਂ ਉਹ ਜਿਹੜਾ ਨਾਰੀਅਲ ਹੈ 5 ਪੈਸੇ ਉਹ ਭਾਈ ਬਾਲਾ ਜੀ ਨੂੰ ਦਿੱਤਾ ਅਤੇ ਉਸ ਵਕਤ ਬਚਨ ਕਹੇ ਜੋ ਕਵੀ ਜੀ ਅੱਗੇ ਦੱਸਦੇ ਹਨ ਚੌਪਈ ਹਮਰੀ ਦਿਸ਼ ਤੇ ਦੇਹੋ ਸੰਦੇਸ਼ਾ ਸੋ ਬਾਬਾ ਲਾਲੂ ਜੀ ਕਹਿੰਦੇ ਨੇ ਕਿ ਭਾਈ ਬਾਲਾ ਜੀ ਸਾਡੇ ਵੱਲੋਂ ਇਹ ਜਿਹੜਾ ਸੰਦੇਸ਼ਾ ਹੈ ਜੋ ਖਬਰ ਹੈ ਇਹ ਜੋ ਸੁਨੇਹਾ ਹੈ ਦਿਓ ਅਤੇ ਇਹ ਜਿਹੜੇ 5 ਪੈਸੇ ਅਤੇ ਨਾਰੀਅਲ ਹਨ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸਾਡੇ ਵੱਲੋਂ ਤੁਸੀਂ ਭੇਟਾ ਕਰਨੀ ਹੈ ਸ੍ਰੀ ਅੰਗਦ ਜਿਸ ਦੋਸ਼ ਨਾਲ ਲੇਸ਼ਾ ਉਹ ਸ਼੍ਰੋਮਣੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਵਿੱਚ ਕੋਈ ਵੀ ਦੋਸ਼ ਲੇਸ ਮਾਤਰ ਵੀ ਨਹੀਂ ਹੈ ਸ੍ਰੀ ਚੰਦ ਜੇ ਰਿਸ ਕੋ ਧਰੈ ਸੋ ਉਸ ਵਕਤ ਬਾਬਾ ਲਾਲੂ ਜੀ ਕੀ ਕਹਿੰਦੇ ਨੇ ਕਿ ਗਿਵ ਦਿਸ ਮੈਸੇਜ ਟੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਵਿੱਚ ਲੇਸ ਮਾਤਰ ਵੀ ਥੋੜ੍ਹਾ ਮਾਤਰ ਵੀ ਕੋਈ ਦੋਸ਼ ਨਹੀਂ ਹੈ ਕਿ ਜੇ ਸ੍ਰੀ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਜੇਸ਼ਠ ਪੁੱਤਰ ਹਨ ਵੱਡੇ ਸਪੁੱਤਰ ਹਨ ਜੇ ਉਹ ਕੋਈ ਕ੍ਰੋਧ ਕਰਨ ਰਿਸ਼ਤਾ ਭਾਵ ਹੈ ਕ੍ਰੋਧ ਅੰਗ ਜੇ ਉਹਨਾਂ ਨੂੰ ਕੋਈ ਕ੍ਰੋਧ ਆ ਜਾਵੇ ਖਿਮਾ ਧਰਤ ਜਿਉਂ ਤਿਹ ਭਰ ਕਰਾਂ ਫਿਰ ਧਰਤੀ ਵਾਂਗ ਉਹ ਖਿਮਾ ਧਾਰਨ ਕਿ ਉਸ ਵਕਤ ਕੁਛ ਕਹਿਣ ਨਾ ਉਹ ਖਿਮਾ ਕਰ ਦੇਣ ਬਾਬਾ ਸ੍ਰੀ ਚੰਦ ਜੀ ਨੂੰ ਬਾਲੇ ਬਹਰੋ ਬਚਨ ਉਚਾਰਾ ਉਸ ਵਕਤ ਭਾਈ ਬਾਲਾ ਜੀ ਨੇ ਬਚਨ ਕਹੇ ਹਨ ਸ੍ਰੀ ਅੰਗਦ ਨਾਨਕ ਅਵਤਾਰਾ ਸੋ ਬਾਬਾ ਲਾਲੂ ਜੀ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਗੁੱਸੇ ਨਾ ਹੋਣ ਅਤੇ ਭਾਈ ਬਾਲਾ ਜੀ ਹੁਣ ਉਹ ਵੀ ਜੋ ਸ਼ੰਕਾ ਹੈ ਭ੍ਰਾਂਤੀ ਹੈ ਉਸਨੂੰ ਨਿਵਿਰਤ ਕਰਨਾ ਹੈ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਤਾਂ ਕਾਮ ਕ੍ਰੋਧ ਲੇਸ ਮਾਤਰ ਹੈ ਹੀ ਨਹੀਂ ਉਹ ਕਿਵੇਂ ਕ੍ਰੋਧ ਕਰਨਗੇ ਸੋ ਭਾਈ ਬਾਲਾ ਜੀ ਕਹਿੰਦੇ ਕਿ
ਬਾਬਾ ਲਾਲੂ ਜੀ ਸੰਸਾ ਨਾ ਕਰੋ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰ ਹਨ। ਪੰਜ ਦੁੱਖ ਨਹਿ ਤਿੰਨ ਮਹਿ ਪਾਵਹਿ, ਜਿਹੜੇ ਪੰਜ ਦੁੱਖ ਹਨ, ਪੰਜ ਵਿਸ਼ੇ ਹਨ ਜੋ ਕਾਮ ਕ੍ਰੋਧ ਲੋਭ ਹੰਕਾਰ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਹਨ, ਉਹ ਉਹਨਾਂ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਿੱਚ ਅਸੀਂ ਨਹੀਂ ਲੱਭ ਸਕਦੇ। ਹਾਂਜੀ, ਨਿਕਟ ਤਰਨ ਜਿਉਂ ਤਿਮਰ ਨਾ ਆਵਹਿ, ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਆਉਂਦਾ। ਇਨ ਦ ਵੇ ਦਾ ਡਾਰਕਨੈਸ ਡਜ਼ਨਟ ਕਮ ਨੈਕਸਟ ਟੂ ਦ ਸਨ, ਇਨ ਦ ਸੇਮ ਵੇ ਯੂ ਕਾਂਟ ਫਾਈਂਡ ਦੀਜ਼ ਫਾਈਵ ਵਾਇਸਿਸ ਇਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਇਹ ਤੁਸੀਂ ਕਹਿੰਦੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬੇਨਤੀ ਕਰਨੀ ਕਿ ਗੁੱਸਾ ਨਹੀਂ ਕਰਨਾ, ਉਹਨਾਂ ਵਿੱਚ ਤਾਂ ਕ੍ਰੋਧ ਹੈ ਹੀ ਨਹੀਂ ਲੈ ਸਮਾਤਰ। ਸਮ ਦਮ ਸੋ ਤਨ ਗਿਆਨ ਸੁਹਾਵਹਿ, ਸਾਮ ਦਾ ਭਾਵ ਮਨ ਨੂੰ ਕਾਬੂ ਕਰਨਾ, ਮਨ ਦੇ ਫੁਰਨਿਆਂ ਨੂੰ, ਸੰਕਲਪਾਂ ਵਿਕਲਪਾਂ ਨੂੰ, ਅਤੇ ਦਮ ਇੰਦਰੀਆਂ ਨੂੰ ਕੰਟਰੋਲ 'ਚ ਰੱਖਣਾ ਕਿ ਦੋਵਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਪੂਰੇ ਹਨ। ਉਹ ਤਾਂ ਆਪ ਹੀ ਗਿਆਨ ਕਹਿ ਲਓ, ਬ੍ਰਹਮ ਗਿਆਨ ਇੱਕ ਸਰੀਰ ਧਾਰਿਆ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ। ਆਤਪ ਭਗਤ ਜਗਤ ਬਿਦਤਾਪ ਹੈ, ਅਤੇ ਭਗਤੀ ਰੂਪੀ ਜੋ ਧੁੱਪ ਹੈ ਸਾਰੇ ਜਗਤ ਵਿੱਚ ਉਹ ਪ੍ਰਗਟ ਕਰ ਰਹੇ ਹਨ। ਪੱਤਰੀ ਲੇ ਚਲੇ ਤਤਕਾਲਾ, ਸੋ ਉਸ ਵਕਤ ਬੜੇ ਛੇਤੀ ਤੁਰੰਤ ਹੀ ਬਾਬਾ ਲਾਲੂ ਜੀ ਤੋਂ ਆਗਿਆ ਲੈ ਕੇ ਜੋ ਜਨਮ ਪੱਤਰੀ ਆ ਉਹ ਸ੍ਰੀ ਰਾਏ ਭੋਏ ਦੀ ਤਲਵੰਡੀ ਤੋਂ ਖਡੂਰ ਸਾਹਿਬ ਜੀ ਵੱਲ ਜਿਹੜੀ ਮਾਰਗ ਹੈ ਉੱਤੇ ਹੁਣ ਦੋਵੇਂ ਬਾਬਾ ਭਾਈ ਬਾਲਾ ਜੀ ਅਤੇ ਬਾਬਾ ਲਾਲੂ ਪੰਨੀ ਜੀ ਦੋਵੇਂ ਹੀ ਉਹ ਮਾਰਗ 'ਤੇ ਚੱਲ ਗਏ ਹਨ। ਜਹਾਂ ਖਡੂਰ ਮਹਿ ਗੁਰੂ ਕਿਰਪਾਲਾ, ਜਿੱਥੇ ਕਿਰਪਾਲੂ ਦਿਆਲੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਖਡੂਰ ਸਾਹਿਬ ਵਿੱਚ ਨਿਵਾਸ ਕਰ ਰਹੇ ਹਨ ਉੱਥੇ ਹੁਣ ਚੱਲ ਗਏ ਹਨ। ਦੋਹਰਾ ਬੈਸੇ ਅੰਗਦ ਰਾਜ ਹੀ ਬੰਦੇ ਪਦ ਅਰਬਿੰਦ, ਜਦੋਂ ਭਾਈ ਬਾਲਾ ਜੀ ਪਹੁੰਚਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਖ਼ਤ ਸਾਹਿਬ 'ਤੇ ਬਿਰਾਜਮਾਨ ਹਨ ਅਤੇ ਭਾਈ ਬਾਲਾ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ 'ਤੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ। ਰਿਦੇ ਪ੍ਰਸੀਦੇ ਸਤਿਗੁਰੂ ਕਹਿ ਰਹਿ ਚਿੱਤ ਗੋਬਿੰਦ, ਭਾਈ ਬਾਲਾ ਜੀ ਨੂੰ ਦੇਖ ਕੇ ਸਤਿਗੁਰੂ ਪਾਤਸ਼ਾਹ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਹਨ। ਕੀ ਕਹਿੰਦੇ ਨੇ? ਭਾਈ ਬਾਲਾ ਜੀ ਸਦਾ ਹੀ ਗੋਬਿੰਦ ਵਾਹਿਗੁਰੂ ਤੁਹਾਡੇ ਚਿੱਤ ਦੇ ਵਿੱਚ ਰਹੇ। ਚੌਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ, ਬਹੁਤ ਜ਼ਿਆਦਾ ਪ੍ਰਸੰਨਤਾ ਭਾਈ ਬਾਲਾ ਜੀ 'ਤੇ ਕੀਤੀ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ। ਹੁਣ ਪੱਤਰੀ ਆਪਣੇ ਕਰ ਲੀਨੀ, ਫਿਰ ਆਪਣੇ ਹੱਥਾਂ ਦੇ ਵਿੱਚ ਜੋ ਜਨਮ ਪੱਤਰੀ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਲਈ ਹੈ। ਸਾਦਰ ਸੋ ਨਿਜ ਸੀਸ ਚੜ੍ਹਾਈ, ਦਿਸ ਪਵਿੱਤਰ ਜਨਮ ਪੱਤਰੀ ਵਿਚ ਹੈਡ ਦ ਡੀਟ ਹਾਊਸ ਆਫ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਕਾਸ਼, ਦ ਅਮਾਊਂਟ ਆਫ ਰਿਸਪੈਕਟ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੇਵ ਦਿਸ ਜਨਮ ਪੱਤਰੀ। ਜਦੋਂ ਜਨਮ ਪੱਤਰੀ ਸਤਿਗੁਰੂ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਪਹੁੰਚਦੀ ਹੈ, ਸਭ ਤੋਂ ਪਹਿਲਾਂ ਫਸਟ ਆਫ ਆਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਫਲੇਸ਼ ਦਾ ਜਨਮ ਪੱਤਰੀ ਆਉਂਦਾ, ਸੀਸ ਆਪਣੇ ਸੀਸ ਦੇ ਉੱਤੇ ਚੜ੍ਹਾਇਆ ਹੈ, ਨਮਸਕਾਰ ਕੀਤੀ ਹੈ। ਭਾਉ ਬਹੁਤ ਕਰ ਔਰ ਮਹਿਲਾਈ, ਬੜੇ ਪ੍ਰੇਮ ਦੇ ਨਾਲ ਛਾਤੀ ਨਾਲ ਲਾਇਆ ਹੈ, ਸੀਨੇ ਦੇ ਨਾਲ ਉਹ ਪਵਿੱਤਰ ਜਨਮ ਪੱਤਰੀ ਨੂੰ ਲਾਇਆ ਹੈ ਪ੍ਰੇਮ ਦੇ ਨਾਲ। ਦਰਸ਼ਨ ਤੁਮ ਕਰਵਾਇਓ ਗੁਰ ਕਾ, ਅਤੇ ਉਸ ਵਕਤ ਬੜੇ ਪ੍ਰੇਮ ਵਿੱਚ ਭਿੱਜ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਕਹਿੰਦੇ ਨੇ ਕਿ ਭਾਈ ਬਾਲਾ ਜੀ ਅੱਜ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਪੱਤਰੀ ਰਾਹੀਂ ਸਾਨੂੰ ਦਰਸ਼ਨ ਕਰਾ ਦਿੱਤੇ ਹਨ। ਜਿਸ 'ਤੇ ਭ੍ਰਮ ਭਾਗਿਓ ਹੈ ਉਰ ਕਾ, ਉਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਕੇ ਹਿਰਦੇ ਦੇ ਸਾਰੇ ਭਰਮ ਨਾਸ ਹੋ ਜਾਂਦੇ ਹਨ। ਸਹਸਕ੍ਰਿਤ ਅੱਛਰ ਜਬ ਚੀਨੇ, ਅਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜਨਮ ਪੱਤਰੀ ਨੂੰ ਖੋਲ੍ਹੀ ਹੈ, ਮੈਨ ਗੁਰੂ ਅੰਗਦ ਦੇਵ ਜੀ ਮਹਾਰਾਜ ਓਪਨ ਦਾ ਜਨਮ ਪੱਤਰੀ ਕੀ ਦੇਖਦੇ ਨੇ ਕਿ ਜਿਹੜੇ ਅੱਖਰ ਹਨ ਉਹ ਗੁਰਮੁਖੀ ਦੇ ਨਹੀਂ ਹਨ, ਇਟਸ ਨੋਟ ਰਿਟਨ ਇਨ ਗੁਰਮੁਖੀ, ਦ ਅੱਖਰ ਆਰ ਰਿਟਨ ਇਨ ਸਹਿਸਕ੍ਰਿਤੀ ਜਾਂ ਸੰਸਕ੍ਰਿਤ ਵਿੱਚ, ਅਤੇ ਉਹ ਜਿਹੜੇ ਅੱਖਰ ਕਿਉਂਕਿ ਪੰਡਿਤ ਹਰਦਿਆਲ ਜੀ ਨੇ ਲਿਖੇ ਉਹ ਤਾਂ ਸੰਸਕ੍ਰਿਤ ਵਿੱਚ ਹੀ ਲਿਖਣੇ ਸਨ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਦੇਖੇ ਹਨ ਕਿ ਜਿਹੜੇ ਅੱਖਰ ਹਨ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਹਨ। ਤਬ ਅੰਗਦ ਜੀ ਬਚਨ ਸੋ ਕੀਨੇ, ਉਸ ਵਕਤ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਹਨ। ਇਨ ਅੱਛਰਨ ਕੋ ਜੋ ਜਾਣੈ, ਸਾਰੇ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਜਿਹੜਾ ਵੀ ਗੁਰਸਿੱਖ ਇਹਨਾਂ ਅੱਖਰਾਂ ਨੂੰ ਭਾਵ ਸੰਸਕ੍ਰਿਤ ਭਾਸ਼ਾ ਨੂੰ ਜਾਣਦਾ ਹੈ, ਸੋ ਯਾ ਕੋ ਪੜ ਅਰਥ ਬਖਾਨੈ, ਉਹ ਜਿਹੜਾ ਗੁਰਸਿੱਖ ਹੈ ਜਨਮ ਪੱਤਰੀ ਲੈ ਕੇ ਪੜ੍ਹੇ ਅਤੇ ਇਹਦੇ ਅਰਥ ਜੋ ਹੈ ਸੰਗਤ ਨੂੰ ਦੱਸੇ। ਗੁਰਮੁਖੀ ਚਾਹੀਏ ਕਰਵਾਈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਜਨਮ ਪੱਤਰੀ ਹੈ ਅਸੀਂ ਗੁਰਮੁਖੀ ਦੇ ਵਿੱਚ ਕਰਵਾਈਏ, ਭਾਵ ਗੁਰਮੁਖੀ ਵਿੱਚ ਟ੍ਰਾਂਸਲੇਟ ਕਰੀਏ। ਹਾਂਜੀ, ਪੜ੍ਹ ਹੈ ਸੁਣ ਹੈ ਸਿੱਖ ਗੁਰਮਤ ਪਾਈ, ਇਹਨੂੰ ਪੜ੍ਹ ਕੇ ਸੁਣ ਕੇ ਜਿਹੜੇ ਗੁਰਸਿੱਖ ਹਨ
ਉਹ ਗੁਰਮਤ ਪਾਉਣਗੇ। ਸੋ ਰਠਾ ਸਤਿਗੁਰ ਕਿਰਪਾ ਨਿਧਾਨ, ਸ਼੍ਰੀ ਨਾਨਕ ਜਗ ਬਿਦਤ ਜਬ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ ਸੰਸਾਰ ਦੇ ਵਿੱਚ ਪ੍ਰਗਟ ਰੂਪ ਵਿੱਚ ਸਰਗੁਣ ਸਰੂਪ ਵਿੱਚ ਸਨ। ਸੰਗਤ ਕੀਨ ਮਹਾਨ, ਜਾਨੀ ਵਿਦਿਆ ਵਰਨ ਤਬ। ਉਸ ਵਕਤ ਗੁਰੂ ਜੀ ਦੀ ਸੰਗਤ ਕਰਕੇ ਬਹੁਤ ਸਿੱਖਾਂ ਨੇ ਗੁਰਮੁਖੀ ਦੀ ਭਾਸ਼ਾ ਦੀ ਵਿੱਦਿਆ ਲਈ ਹੈ, ਅਤੇ ਉਹਨਾਂ ਵਿੱਚੋਂ ਖਾਸ ਕਰਕੇ ਜਿਹੜੇ ਭਾਈ ਪੈੜਾ ਮੁਖਾ ਜੀ ਹਨ, ਬੜੇ ਸਤਿਕਾਰਯੋਗ ਗੁਰਸਿੱਖ ਹਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਹੈ ਅਤੇ ਗੁਰਮੁਖੀ ਭਾਸ਼ਾ ਦਾ ਗਿਆਨ ਲਿਆ ਹੈ। ਦੋਹਰਾ ਮਹਿਮਾ ਖਹਿਰਾ ਜੱਟ ਇੱਕ ਕਹਿ ਸ਼੍ਰੀ ਅੰਗਦ ਪਾਸ। ਉਸ ਵਕਤ ਸੰਗਤ ਦੇ ਵਿੱਚ ਇੱਕ ਗੁਰਸਿੱਖ ਬੈਠਾ ਸੀ ਜਿਨ੍ਹਾਂ ਦਾ ਨਾਮ ਸੀ ਮਹਿਮਾ ਖਹਿਰਾ ਜੀ, ਜੋ ਜੱਟ ਸੀ, ਅਤੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਬਚਨ ਭਾਵ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋ ਸੰਗਤ ਵਿੱਚ ਪ੍ਰਸ਼ਨ ਸੀ ਉਹਦਾ ਉੱਤਰ ਦਿੱਤਾ ਹੈ। ਪੈੜਾ ਮੋਖਾ ਖੱਤਰੀ ਸੁਲਤਾਨ ਹੈ ਪੁਰਬਾਸ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਕ ਗੁਰਸਿੱਖ ਹੈ, ਦਿਸ ਵਨ ਗੁਰਸਿੱਖ ਹੂ ਨੋਜ਼ ਸੰਸਕ੍ਰਿਤ ਐਂਡ ਗੁਰਮੁਖੀ ਐਂਡ ਈ ਕੈਨ ਟ੍ਰਾਂਸਲੇਟ ਦਿਸ ਜਨਮ ਪੱਤਰੀ। ਅਤੇ ਉਹ ਕੌਣ ਹਨ? ਉਹ ਹਨ ਭਾਈ ਪੈੜਾ ਮੋਖਾ ਜੀ, ਅਤੇ ਉਹ ਖੱਤਰੀ ਗੋਤ ਹਨ, ਅਤੇ ਉਹ ਸੁਲਤਾਨਪੁਰ ਸਾਹਿਬ ਵਿੱਚ ਵਾਸ ਰੱਖਦੇ ਹਨ। ਚੌਪਈ ਅੱਛਰ ਜਾਣਤ ਹੈ ਵਹਿ ਦੋ। ਅਤੇ ਉਹ ਕਹਿੰਦੇ ਭਾਈ ਮਹਿਮਾ ਖਹਿਰਾ ਜੀ ਕਹਿੰਦੇ ਨੇ ਕਿ ਉਹ ਜਿਹੜੇ ਗੁਰਸਿੱਖ ਹਨ ਉਹ ਦੋਵੇਂ ਅੱਖਰਾਂ ਨੂੰ ਭਾਵ ਗੁਰਮੁਖੀ ਅਤੇ ਸੰਸਕ੍ਰਿਤ ਦੋਹਾਂ ਨੂੰ ਜਾਣਦੇ ਹਨ। ਪੜ੍ਹ ਲਿਖ ਹੈ ਬੁਲਵਾਈਏ ਸੋ। ਉਹਨਾਂ ਨੂੰ ਬੁਲਾਓ, ਉਹ ਪੜ੍ਹਦੇ ਲਿਖਦੇ ਹਨ ਸੰਸਕ੍ਰਿਤ ਗੁਰਮੁਖੀ ਨੂੰ, ਅਤੇ ਫਿਰ ਉਹ ਇਸ ਜਨਮ ਪੱਤਰੀ ਨੂੰ ਟ੍ਰਾਂਸਲੇਟ ਕਰ ਸਕਦੇ ਹਨ। ਸ਼੍ਰੀ ਅੰਗਦ ਕਹਿ ਤੁਮ ਹੀ ਜਾ ਬਹ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕਿ ਭਾਈ ਮਹਿਮਾ ਜੀ ਤੁਸੀਂ ਆਪ ਹੀ ਜਾਓ। ਕਰ ਸਤਿਕਾਰ ਤੁਰਤ ਲੈ ਆਵਹ। ਸਤਿਕਾਰ ਸਹਿਤ ਬੜੇ ਪ੍ਰੇਮ ਭਾਵਨਾ ਦੇ ਨਾਲ ਛੇਤੀ ਉਹਨਾਂ ਨੂੰ ਇੱਥੇ ਲੈ ਕੇ ਆਓ ਸ੍ਰੀ ਖਡੂਰ ਸਾਹਿਬ। ਮਹਿਮਾ ਪਹੁੰਚਿਓ ਤਾਂ ਹੀ ਅਵਾਸਾ। ਭਾਈ ਮਹਿਮਾ ਖਹਿਰਾ ਜੀ ਉਸੀ ਵਕਤ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਖਡੂਰ ਸਾਹਿਬ ਜੀ ਤੋਂ ਚਾਲੇ ਕਰਕੇ ਸੁਲਤਾਨਪੁਰ ਸਾਹਿਬ ਪਹੁੰਚੇ ਹਨ ਉਹਨਾਂ ਦੇ ਘਰ। ਆਨਿਓ ਜਸ ਪਦ ਸਤਿਗੁਰ ਪਾਸਾ। ਛੇਤੀ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਉਹਨਾਂ ਨੂੰ ਲਿਆਇਆ ਹੈ। ਪਰਿਓ ਚਰਨ ਗੁਰ ਆਗਿਆ ਦੀਨੀ। ਸਤਿਗੁਰੂ ਪਾਤਸ਼ਾਹ ਚਰਨਾਂ ਤੇ ਨਮਸਕਾਰ ਕੀਤੀ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਆਗਿਆ ਕੀਤੀ ਉਸ ਵਕਤ। ਪੜ੍ਹੋ ਪੱਤ੍ਰਿਕਾ ਸੁਖ ਪ੍ਰਦ ਚੀਨੀ। ਉਸ ਵਕਤ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕਿ ਭਾਈ ਗੁਰਸਿੱਖਾ, ਇਹ ਜੋ ਸੁੱਖ ਦੇਣ ਵਾਲੀ ਪੱਤ੍ਰਿਕਾ ਹੈ, ਜੋ ਜਨਮ ਪੱਤਰੀ, ਆਪ ਜੀ ਪੜ੍ਹਨਾ ਕਰੋ। ਕਰ ਮਹਿਲੇਈ ਪੱਤ੍ਰਿਕਾ ਬਾਚੀ। ਉਹ ਕਹਿੰਦੇ ਨੇ ਕਿ ਉਸ ਵਕਤ ਕਵੀ ਜੀ ਦੱਸਦੇ ਨੇ ਕਿ ਜਿਹੜਾ ਗੁਰਸਿੱਖ ਸੀਗਾ, ਜੋ ਭਾਈ ਪੈੜਾ ਮੁਖਾ ਸੀ, ਉਹਨਾਂ ਨੇ ਉਹ ਪੱਤ੍ਰਿਕਾ ਭਾਵ ਗੁਰੂ ਨਾਨਕ ਸਾਹਿਬ ਦੀ ਜੋ ਜਨਮ ਪੱਤਰੀ ਆਪਣੇ ਹੱਥਾਂ 'ਚ ਲੈ ਕੇ ਉਹਨਾਂ ਨੇ ਵਾਚੀ ਹੈ। ਜਨ ਬਾਣੀ ਰਸਨਾ ਭਰ ਨਾਚੀ। ਉਹ ਜੋ ਸੰਸਕ੍ਰਿਤੀ ਸੰਸਕ੍ਰਿਤ ਅੱਖਰ ਸਨ ਉਹ ਕਿਵੇਂ ਪੜ੍ਹੇ? ਜਨ ਬਾਣੀ ਰਸਨਾ ਪਰ ਨਾਚੀ। ਬਾਣੀ ਕੌਣ ਹੈ? ਸਰਸਵਤੀ। ਸਰਸਵਤੀ ਹੈ ਵਿੱਦਿਆ ਦੀ ਦਾਤੀ, ਭਾਵ ਜੋ ਵਿੱਦਿਆ ਦੀ ਦਾਤੀ ਆਪ ਹੀ ਰਸਨਾ ਦੇ ਉੱਤੇ ਚੱਲ ਰਹੀ ਹੈ, ਭਾਵ ਇੰਨੇ ਸੁੰਦਰ ਤਰੀਕੇ ਦੇ ਨਾਲ, ਸ਼ੁੱਧਤਾ ਦੇ ਨਾਲ ਜੋ ਭਾਈ ਪੈੜਾ ਮੁਖਾ ਸੀ ਉਹਨਾਂ ਨੇ ਉਹ ਸੰਸਕ੍ਰਿਤ ਦੇ ਅਕਸ਼ਰ ਪੜ੍ਹੇ ਹਨ। ਸੁਣ ਕਰ ਖੁਸ਼ੀ ਕਰੀ ਤਹਿ ਸਿੱਖ ਪਰ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹ ਜਨਮ ਪੱਤਰੀ ਨੂੰ ਸੁਣਿਆ ਹੈ, ਬੜੇ ਖੁਸ਼ ਪ੍ਰਸੰਨ ਹੋਏ ਹਨ, ਅਤੇ ਗੁਰਸਿੱਖ ਨੂੰ ਭਾਈ ਪੈੜਾ ਮੁਖਾ ਜੀ ਨੂੰ ਕਹਿਆ ਹੈ। ਗੁਰਮੁਖੀ ਲਿਖੀਏ ਇਹ ਅੱਖਰ। ਭਾਈ ਗੁਰਸਿੱਖਾ, ਇਹ ਹੁਣ ਜਿਹੜੇ ਅੱਖਰ ਨੇ ਗੁਰਮੁਖੀ ਵਿੱਚ ਕਰਾਓ ਤਾਂ ਕਿ ਸਾਰੀ ਸੰਗਤ ਲਾਭ ਲੈ ਸਕੇ। ਕਹਿ ਕਰ ਕਾਗਰ ਲੀਨ ਮੰਗਾਈ। ਸਤਿਗੁਰੂ ਪਾਤਸ਼ਾਹ ਜੀ ਹੁਕਮ ਕਰਕੇ ਕਾਗਜ਼ ਮੰਗਵਾਇਆ ਹੈ। ਸ਼੍ਰੀ ਅੰਗਦ ਸਭ ਹੀ ਲਿਖਵਾਈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਔਰ ਉਸ ਗੁਰਸਿੱਖ ਭਾਈ ਪੈੜਾ ਮੁਖਾ ਜੀ ਪਾਸੋਂ ਜਿੰਨਾ ਵੀ ਜਨਮ ਪੱਤਰੀ ਸੀ ਸਾਰਾ ਗੁਰਮੁਖੀ ਵਿੱਚ ਲਿਖਵਾਇਆ ਹੈ। ਆਸਨ ਡਾਰ ਅਸੀਨ ਹੈ ਦਿਆਲਾ। ਸਤਿਗੁਰੂ ਪਾਤਸ਼ਾਹ ਜੀ ਆਸਨ ਡਾਹ ਕੇ ਸੱਚੇ ਪਾਤਸ਼ਾਹ ਜੀ ਆਸਨ ਤੇ ਬਿਰਾਜਮਾਨ ਹੋ ਜਾਂਦੇ ਹਨ। ਆਨ ਸੁਨਹਿ ਤਹਿ ਸਿੱਖ ਵਿਸਾਲਾ। ਜਿਹੜੀ ਜਨਮ ਪੱਤਰੀ ਹੈ ਉਹ ਸਾਰੀ ਗੁਰਮੁਖੀ ਵਿੱਚ ਕਰਾ ਕੇ ਅਤੇ ਅੱਗੇ ਜੋ ਇਤਿਹਾਸ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹ ਫਿਰ ਭਾਈ ਬਾਲਾ ਜੀ ਸੁਣਾਉਂਦੇ ਨੇ। ਸੋ ਇੱਥੇ ਹੁਣ ਕਵੀ ਜੀ ਸਾਨੂੰ ਦੱਸ ਰਹੇ ਨੇ, ਉਹ ਸੀਨ ਦੱਸ ਰਿਹਾ ਕਿ ਜੋ ਇਤਿਹਾਸ ਆ ਉਹ ਕਿਵੇਂ ਲਿਖਿਆ ਗਿਆ। ਭਾਈ ਪੈੜਾ ਮੁਖਾ ਜੀ ਵਾਜ ਦ ਲਿਖਾਰੀ ਵਾਜ ਦ ਸਕ੍ਰਾਈਬ ਆਫ ਆਲ ਆਫ ਦਿਸ ਇਤਿਹਾਸ। ਜਿਹੜੇ ਜਨਮ ਸਾਖੀ ਹਨ ਦੇ ਵਰ ਰਿਟਨ ਬਾਈ ਭਾਈ ਪੈੜਾ ਮੁਖਾ ਜੀ, ਦੇ ਵਰ ਦ ਸਕ੍ਰਾਈਬ ਐਂਡ ਦ ਓਰੇਟਰ ਔਰ ਦ ਪਰਸਨ ਹੂ ਵਾਜ ਟੈਲਿੰਗ ਦ ਇਤਿਹਾਸ ਭਾਈ ਬਾਲਾ ਜੀ, ਅਤੇ ਸੁਣਨ ਵਾਲੇ ਕੌਣ ਸਨ?
ਸਭ ਤੋਂ ਸਿਰਮੌਰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤ ਸਾਹਿਬ ਜੀ 'ਤੇ ਬੈਠ ਕੇ, ਭਾਈ ਬਾਲਾ ਜੀ ਅਤੇ ਭਾਈ ਪੈੜਾ ਮੁੱਖਾ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁੱਖ ਬੈਠ ਕੇ ਸਾਰਾ ਇਤਿਹਾਸ ਭਾਈ ਬਾਲਾ ਜੀ ਦੱਸਦੇ ਹਨ, ਭਾਈ ਪੈੜਾ ਮੁੱਖਾ ਜੀ ਲਿਖਦੇ ਹਨ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਸਰਵਨ ਕਰਦੇ ਹਨ। ਇੱਕ ਬੁੱਢਾ ਜੋ ਹੈ ਤਤਵੇਤਾ, ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਗੁਰਸਿੱਖ ਸਨ ਹੂ ਲਿਸਨ ਟੂ ਦਿਸ ਇਤਿਹਾਸ ਮੈਨੀ ਆਰ ਦ ਗੁਰਸਿੱਖਸ ਐਟ ਦ ਟਾਈਮ ਅਤੇ ਕਵੀ ਜੀ ਟੈਲਿੰਗ ਅਸ ਹੂ ਵਰ ਦੇਮ ਗੁਰਸਿੱਖਸ ਹੂ ਲਿਸਨ ਟੂ ਆਲ ਦਿਸ ਇਤਿਹਾਸ ਦ ਸੇਮ ਇਤਿਹਾਸ ਦੈਟ ਵੀ ਗੋਇੰ ਟੂ ਸਟਾਰਟ ਟੁਮੋਰੋ। ਉਹ ਕਿਹੜੇ ਗੁਰਸਿੱਖਸ ਹਨ ਹੂ ਐਟ ਦ ਟਾਈਮ ਆਫ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਭ ਵਿਦ ਪ੍ਰੇਮ ਭਾਵਨਾ ਲਿਸਨ ਟੂ ਦਿਸ ਸੇਮ ਇਤਿਹਾਸ। ਮੋਹ ਆਦਿ ਜੋਧਾ ਅਤ ਜੇਤਾ, ਸੋ ਸਭ ਤੋਂ ਪਹਿਲਾਂ ਇੱਕ ਬੁੱਢਾ ਜੋ ਹੈ ਤੱਤ ਵੇਤਾ, ਤੱਤ ਭਾਵ ਸਿਧਾਂਤ, ਆਤਮਾ, ਆਤਮਾ ਨੂੰ ਜਾਣਨ ਵਾਲੇ, ਜੋ ਤੱਤ ਨੂੰ ਜਾਣਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਮੋਹ ਆਦਿ ਜੋਧਾ ਅਤ ਜੇਤਾ, ਜਿਹੜੇ ਮੋਹ ਆਦਿਕ ਜੋਧੇ ਹਨ, ਕਾਮ ਕ੍ਰੋਧ ਲੋਭ ਅਹੰਕਾਰ ਸਾਰਿਆਂ ਨੂੰ ਜਿਨ੍ਹਾਂ ਨੇ ਜਿਤਾਇਆ ਹੈ। ਬਚਨ ਪਾਏ ਗੁਰ ਜੋ ਬੇਸੁ ਬੈਸਾ, ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਜਿੱਤਿਆ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਪਾ ਕੇ ਬਾਲਕ ਉਮਰ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਸਿੱਖ ਬਣੇ ਅਤੇ ਬਾਲਕ ਉਮਰ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਭਇਓ ਪਰਮ ਬ੍ਰਿਧਨ ਧਨ ਜੈਸਾ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਪਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਜਿਵੇਂ ਬਚਨ ਕੀਤੇ ਅਤੇ ਉਹਨਾਂ ਦਾ ਸਰੀਰ ਬ੍ਰਿਧਨ ਵਾਂਗ ਭਾਵ ਬੜੇ ਬਜ਼ੁਰਗਾਂ ਵਾਂਗ ਬਣ ਗਿਆ। ਖੱਟ ਪਾਤਸ਼ਾਹੀ ਰਹਿਓ ਹਦੂਰਾ, ਛੇ ਪਾਤਸ਼ਾਹੀਆਂ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੱਕ ਜਿਨ੍ਹਾਂ ਦੇ ਹਜ਼ੂਰੀ ਵਿੱਚ ਰਹੇ ਬਾਬਾ ਬੁੱਢਾ ਜੀ। ਨਿਪੁੰਨ ਸੇਵ ਮਹਿ ਬਚਨਨ ਪੂਰਾ, ਸੇਵਾ ਕਰਨ ਵਿੱਚ ਸਿਆਣੇ ਅਤੇ ਬਚਨਨ ਵਿੱਚ ਬਚਨਾਂ ਵਿੱਚ ਪੂਰੇ ਜੋ ਬਾਬਾ ਬੁੱਢਾ ਸਾਹਿਬ ਜੀ ਹਨ। ਸੋ ਸ਼੍ਰੋਤਾ ਬੈਸਿਓ ਮਤ ਧੀਰਾ, ਸ਼੍ਰੋਮਣੀ ਧੀਰਜਵਾਨ ਗੁਰਸਿੱਖ ਬੈਠੇ ਹਨ ਕਥਾ ਸੁਣਨ ਵਾਸਤੇ। ਸੁਣਨ ਕਥਾ ਜੋ ਹਰ ਹੈ ਭਵ ਪੀਰਾ, ਕਥਾ ਜੋ ਸੰਸਾਰ ਦੀ ਪੀੜਾ ਜਨਮ ਮਰਨ ਦੀ ਪੀੜਾ ਨੂੰ ਨਾਸ਼ ਕਰਨ ਵਾਲੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ, ਉਹਨੂੰ ਸਰਵਨ ਕਰਨ ਵਾਸਤੇ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਸੰਗਤ ਵਿੱਚ ਬੈਠੇ ਹਨ। ਅਮਰਦਾਸ ਤੇ ਜੋ ਕੇ ਨੰਦਨ, ਪਵਿੱਤਰ ਕਥਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਨ ਦ ਸੇਵਾ ਆਫ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜੋ ਤੇਜੋ ਕੇ ਨੰਦਨ ਭਾਈ ਤੇਜ ਭਾਨ ਜੀ ਦੇ ਪੁੱਤਰ ਹਨ। ਸੇਵੇ ਜਿਨ ਅੰਗਦ ਦੁੱਖ ਕੰਦਨ, ਦੁੱਖਾਂ ਨੂੰ ਨਾਸ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹਨਾਂ ਦੀ 12 ਸਾਲ ਸੇਵਾ ਕੀਤੀ ਸ਼ਰਧਾ ਭਾਵਨਾ ਦੇ ਨਾਲ। ਗੁਰਤਾ ਪਾਈ ਜਿਨ ਪਛਚਾਤੀ, ਜਿਹਨਾਂ ਨੇ ਪਿੱਛੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾਉਂਦੇ ਨੇ, ਜਿਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਸੁਣਤ ਭਇਓ ਸੋ ਕਥਾ ਸੁਹਾਤੀ, ਉਹ ਵੀ ਸੋਭਨੀ ਕਥਾ ਨੂੰ ਸੁਣਨ ਵਾਸਤੇ ਸਾਜ ਗਏ ਹਨ ਗੁਰੂ ਅਮਰਦਾਸ ਜੀ ਮਹਾਰਾਜ। ਉਸ ਸਮੇਂ ਬਾਬਾ ਅਮਰਦਾਸ ਜੀ ਪੁਨ ਗੁਰਮੁਖ ਇੱਕ ਜੀਵਾ ਭਾਈ, ਫਿਰ ਹੋਰ ਕਿਹੜੇ ਕਿਹੜੇ ਗੁਰਸਿੱਖ ਸਨ, ਇੱਕ ਹੋਰ ਵੀ ਗੁਰਸਿੱਖ, ਇੱਕ ਗੁਰਮੁਖ ਜੋ ਜਿਨ੍ਹਾਂ ਦਾ ਨਾਮ ਸੀ ਭਾਈ ਜੀਵਾ ਜੀ। ਮਨ ਬਜ ਕ੍ਰਮ ਜਿਨ ਸੇਵ ਕਮਾਈ, ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਹੈ। ਸ੍ਰੀ ਅੰਗਦ ਹਿਤ ਭੋਜਨ ਤਿਆਰੀ, ਭਾਈ ਜੀਵਾ ਜੀ ਕੌਣ ਸਨ, ਉਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਲਾਂਗਰੀ ਸਨ, ਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਵੀ ਭੋਜਨ ਸੀ ਲੰਗਰ ਸੀ ਉਹ ਭਾਈ ਜੀਵਾ ਜੀ ਤਿਆਰ ਕਰਦੇ ਸਨ। ਕਰਤ ਪ੍ਰੀਤ ਸੋ ਰੁਚਿਰ ਸਵਾਰੀ, ਬੜੇ ਪ੍ਰੇਮ ਦੇ ਨਾਲ ਜਿਹੜੇ ਸਵਾਦਲੇ ਚੰਗੇ ਜਿਹੜੇ ਭੋਜਨ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁੱਖ ਅਰਪਣ ਕਰਦੇ ਸੀ। ਪਾਰੋ ਜੁਲਕਾ ਪੁਨ ਸਿੱਖ ਏਕੂ, ਫਿਰ ਹੋਰ ਗੁਰਸਿੱਖ ਕਿਹੜੇ ਸਨ, ਇੱਕ ਭਾਈ ਪਾਰੋ ਜੁਲਕਾ ਜੀ ਜਿਨ੍ਹਾਂ ਦਾ ਨਾਮ ਸੀ ਪਰਮਹੰਸ ਕੋ ਜਾਸ ਬਿਬੇਕੂ, ਭਾਈ ਪਾਰੋ ਜੁਲਕਾ ਜੀ ਜੋ ਸਨ ਉਹਨਾਂ ਨੂੰ ਕਿਤਾਬ ਮਿਲਿਆ ਸੀ ਪਰਮਹੰਸ ਦਾ, ਪਰਮਹੰਸ ਦੇ ਨਾਮ ਨਾਲ ਜਾਣੇ ਜਾਂਦੇ ਸਨ। ਤਜਨ ਅਸਾਰੰ ਸਾਰ ਗ੍ਰਹੀਤੀ, ਅਤੇ ਪਰਮਹੰਸ ਕਿਉਂ ਕਿਹਾ ਜਾਂਦਾ ਸੀ, ਕਿਉਂਕਿ ਜੋ ਹੰਸ ਹੈ ਉਹਨੂੰ ਦੁੱਧ ਦਿਓ ਅਤੇ ਜਿਹੜਾ ਦੁੱਧ ਦਾ ਅਸਲ ਤੱਤ ਹੈ ਉਹਨੂੰ ਇੱਕ ਪਾਸੇ ਕਰ ਦਿੰਦਾ ਹੈ, ਜੋ ਪਾਣੀ ਉਹਨੂੰ ਵੱਖ ਕੱਢ ਦਿੰਦਾ ਹੈ। ਸੋ ਪਰਮਹੰਸ ਦੇ ਵਾਂਗ ਤਜਨ ਅਸਾਰੰਗ, ਜੋ ਅਸਾਰੰਗ ਹੈ, ਜੋ ਝੂਠ ਹੈ, ਜੋ ਅਸੱਤ ਹੈ, ਉਹਨੂੰ ਤਜ ਕੇ ਜੋ ਸਾਰ ਹੈ
ਜੋ ਸੱਤ ਹੈ ਉਹਨੂੰ ਗ੍ਰਹਿਣ ਕੀਤਾ ਹੈ ਜਾਂ ਭਾਵ ਸੱਤ ਅਸੱਤ ਦਾ ਉਹਨੇ ਵਿਚਾਰ ਕੀਤੀ ਹੈ, ਵਿਵੇਕ ਦਾ ਧਾਰਨ ਕੀਤਾ ਹੈ ਭਾਈ ਪਾਰੋ ਜੁਲਕਾ ਜੀ ਨੇ। ਪੈ ਆਪ ਕੀ ਜੋ ਹੰਸਨ ਰੀਤੀ, ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ, ਇਸੀ ਪ੍ਰਕਾਰ ਦੁੱਧ ਵਿੱਚੋਂ ਪਾਣੀ ਕੱਢ ਕੇ ਅਤੇ ਇੱਕ ਪਾਸੇ ਪਨੀਰ ਜਾ ਰਹਿ ਜਾਂਦਾ, ਇੱਕ ਪਾਸੇ ਪਾਣੀ। ਇਸ ਪ੍ਰਕਾਰ ਹੀ ਜੋ ਭਾਈ ਪਾਰੋ ਜੁਲਕਾ ਜੀ ਹਨ, ਉਹਨਾਂ ਨੇ ਸੱਤ ਅਸੱਤ ਦੀ ਵਿਚਾਰ ਕੀਤੀ ਆ, ਵਿਵੇਕ ਦੇ ਧਾਰਨੀ ਬਣੇ ਹਨ। ਸੈਨ ਸਰਸ ਇੱਕ ਧਿੰਗਾ ਨਾਈ, ਭਗਤ ਸੈਨ ਜੀ ਵਰਗੇ ਇੱਕ ਧਿੰਗਾ ਨਾਈ, ਜਿਨ ਸਿੱਖੀ ਕੀ ਰੀਤ ਕਮਾਈ। ਇੱਕ ਹੋਰ ਗੁਰਸਿੱਖ ਬੈਠਦੇ ਨੇ ਕਥਾ ਸੁਣਨ ਵਾਸਤੇ, ਜਿਨ੍ਹਾਂ ਦਾ ਨਾਮ ਹੈ ਧਿੰਗਾ, ਅਤੇ ਉਹ ਵੀ ਜਿਨ੍ਹਾਂ ਨੇ ਸਿੱਖੀ ਦੀ ਰੀਤ ਭਾਵ ਸਿੱਖੀ ਨੂੰ ਕਮਾਇਆ ਹੈ। ਭਾ ਮੁਰੀਦ ਮੁਰਦੇ ਕੀ ਨਿਆਈ, ਜਿਵੇਂ ਮੁਰਦਾ ਹੁੰਦਾ ਇਵੇਂ ਸੇਵਕ ਬਣਿਆ ਹੈ ਭਾਈ ਧਿੰਗਾ ਜੀ। ਗੁਰੂ ਗੋਰ ਮਹਿ ਕੀਨ ਸਮਾਈ, ਇਹ ਜੋ ਗੋਰ ਦਾ ਭਾਵ ਹੈ ਕਬਰ, ਭਾਵ ਸਦਾ ਹੀ ਗੁਰੂ ਦੀ ਆਗਿਆ ਦੇ ਵਿੱਚ, ਜਿਵੇਂ ਮੁਰਦਾ ਜਿਹੜਾ ਹੈਗਾ ਉਹ ਕਬਰ ਦੇ ਵਿੱਚ ਸਮਾਇਆ ਜਾਂਦਾ ਹੈ, ਇਸੀ ਪ੍ਰਕਾਰ ਜਿਹੜੇ ਭਾਈ ਧਿੰਗਾ ਜੀ ਸੀ ਉਹ ਗੁਰੂ ਸਾਹਿਬ ਜੀ ਦੇ ਆਗਿਆ ਦੇ ਵਿੱਚ ਹਰ ਵਕਤ ਹੀ ਮਰੀਦ ਭਾਵ ਸੇਵਕ ਬਣ ਕੇ ਸਮਾਏ ਰਹਿੰਦੇ ਹਨ। ਇਤਿਆਦਿਕ ਜੋ ਸੇਵਕ ਪ੍ਰੇਮੀ, ਤੇ ਇਸ ਪ੍ਰਕਾਰ ਹੋਰ ਕਈ ਜਿਹੜੇ ਪ੍ਰੇਮੀ ਗੁਰਸਿੱਖ ਹਨ ਉਹ ਬੈਠ ਕੇ ਭਏ ਕਥਾ ਸੁਣਨੇ ਕੇ ਨੇਮੀ, ਸਾਰੇ ਬੈਠ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਕਥਾ ਸੁਣਦੇ ਨਿੱਤ ਨੇਮੀ ਬਣ ਕੇ, ਰੋਜ਼ ਆ ਕੇ ਸ਼ਾਮ ਵਕਤ ਜਦੋਂ ਵੀ ਭਾਈ ਬਾਲਾ ਜੀ ਗੁਰੂ ਸਾਹਿਬ ਜੀ ਬੈਠਦੇ ਹਨ, ਸਾਰੇ ਜਿਹੜੇ ਗੁਰਸਿੱਖ ਸਨ ਨਿੱਤ ਨੇਮ ਰੋਜ਼ ਇਹ ਆਪਣਾ ਨਿਯਮ ਬਣਾ ਲਿਆ ਕਥਾ ਸੁਣਨ ਦਾ। ਅਪਰ ਮਨੁਜ ਆਵਹਿ ਕਰ ਹੇਤੂ, ਹੋਰ ਵੀ ਕਈ ਜਿਹੜੇ ਮਨੁੱਖ ਹਨ ਪ੍ਰੇਮ ਧਾਰ ਕੇ ਆਉਂਦੇ ਹਨ। ਸੁਣਹਿ ਕਥਾ ਬੇਦੀ ਕੁਲ ਕੇਤੂ, ਬੇਦੀ ਕੁਲ ਕੇਤੂ, ਕੇਤੂ ਦਾ ਭਾਵ ਨਿਸ਼ਾਨ, ਜੋ ਬੇਦੀਆਂ ਦੇ ਨਿਸ਼ਾਨ ਰੂਪ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਪਵਿੱਤਰ ਕਥਾ ਇਤਿਹਾਸ ਸੁਣਨ ਵਾਸਤੇ ਇਹ ਸਾਰੇ ਗੁਰਸਿੱਖ ਪਹੁੰਚਦੇ ਹਨ ਪ੍ਰੇਮ ਧਾਰ ਕੇ। ਦੋਹਰਾ ਬਾਲਾ ਕਰਤ ਉਚਾਰ ਮੁਖ, ਪੈੜੇ ਲਿਖੀ ਸੁਧਾਰ। ਭਾਈ ਬਾਲਾ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਉਚਾਰਨ ਕਰਦੇ ਨੇ, ਅਤੇ ਭਾਈ ਪੈੜਾ ਮੁਖਾ ਜੀ ਉਹ ਲਿਖੀ ਜਾ ਰਹੇ ਨੇ ਕਾਗਜ਼ ਦੇ ਉੱਤੇ ਸੋਧ ਕੇ। ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ, ਸੰਸਾਰ ਦੇ ਲੋਕਾਂ ਦੇ ਉਧਾਰ ਕਰਨ ਵਾਸਤੇ, ਟੂ ਸੇਵ ਦ ਪੀਪਲ ਆਫ ਦੇ ਸੰਸਾਰ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਪਵਿੱਤਰ ਇਤਿਹਾਸ ਨੂੰ ਪ੍ਰਗਟ ਕੀਤਾ ਹੈ। ਸੋ ਸੁਨ ਵਰਣਨ ਕਰਤ ਕਬ ਛੰਦ ਚੌਪਈ ਬੰਦ, ਇਹ ਸੁਣ ਕੇ ਕਵੀ ਜੀ ਕਹਿੰਦੇ ਨੇ ਕਿ ਇਹ ਜਿੰਨਾ ਵੀ ਇਤਿਹਾਸ ਭਾਈ ਬਾਲਾ ਜੀ ਨੇ ਲਿਖਿਆ ਹੈ, ਭਾਈ ਬਾਲਾ ਜੀ ਦੇ ਜਨਮ ਸਾਖੀ ਵਿੱਚ ਜੋ ਉਪਲਬਧ ਹੈ, ਉਹ ਸਾਰਾ ਇਤਿਹਾਸ ਜੋ ਹੈ ਕਵੀ ਜੀ ਨੇ ਹੁਣ ਛੰਦ ਚੌਪਈ ਬੰਦ, ਭਾਵ ਛੰਦਾਬੰਦੀ ਦੇ ਵਿੱਚ, ਚੌਪੀਆਂ ਦੇ ਵਿੱਚ, ਹੋਰ ਛੰਦਾਂ ਦੇ ਵਿੱਚ ਗੁੰਥਨ ਕਰਨਾ ਹੈ। ਸ਼੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ, ਸੁੱਖਾਂ ਦੇ ਕੰਦ, ਸੁੱਖਾਂ ਦੇ ਬੱਦਲ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਆਪ ਹੀ ਪਰਮਾਤਮਾ ਦੇ ਸਰੂਪ ਹਨ, ਉਹਨਾਂ ਨੂੰ ਕਵੀ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਸੋ ਇੱਥੇ ਤੱਕ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ, ਜਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਇਤਿਹਾਸ ਕਿਵੇਂ ਇਕੱਤਰ ਕੀਤਾ ਗਿਆ ਅਤੇ ਉਹਦਾ ਅਥਾਨ ਕੀ ਹੈ, ਉਹ ਸਾਰਾ ਇੱਥੇ ਤੱਕ ਸੰਪੂਰਨ ਹੋਇਆ ਹੈ। ਅੱਗੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਦੀ ਕਥਾ ਹੈ, ਉਹ ਕੱਲ੍ਹ ਨੂੰ ਅਸੀਂ ਸਰਵਨ ਕਰਾਂਗੇ। ਸੋ ਕਥਾ ਕਰਦੇ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ, ਅਗਾਂਹ ਵਾਸਤੇ ਸਮੱਤ ਬਖਸ਼ਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੋ ਸੁਨ ਵਰਣਨ ਕਰਤ ਕਬ ਛੰਦ ਚੌਪਈ ਬੰਦ, ਸ਼੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪੱਤਰੀ ਆਨਨ ਪ੍ਰਸੰਗ ਵਰਣਨੰ ਨਾਮ ਦੁਤੀਓ ਅਧਿਆਏ। ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ, ਬ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਭਯਾ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।